ਪੰਜਾਬ ਦੇ 7 ਜ਼ਿਲ੍ਹਿਆਂ ਜਿਨ੍ਹਾਂ ਨੂੰ ਖਾਸ ਤੌਰ 'ਤੇ ਕਾਟਨ ਬੈਲਟ ਕਿਹਾ ਜਾਂਦਾ, ਉੱਥੇ ਇਸ ਵੇਲੇ ਨਰਮੇ ਦੀ ਫਸਲ ਉੱਤੇ ਚਿੱਟੀ ਸੁੰਡੀ ਔਰ ਗੁਲਾਬੀ ਸੁੰਡੀ ਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗਰਾਊਂਡ ਦੀ ਸਿਚੁਏਸ਼ਨ ਕੀ ਹੈ, ਕਿੰਨੀ ਜ਼ਿਆਦਾ ਇਹ ਖਤਰਨਾਕ ਹੈ, ਇਸ ਬਾਰੇ ਗੱਲਬਾਤ ਕਰਾਂਗੇ ਪੰਜਾਬ ਖੇਤੀਬਾੜੀ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਗੁਰਵਿੰਦਰ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਾਣਨਾ ਚਾਹੂੰਗਾ ਕਿ ਇਹ ਜਿਹੜੀ ਇਸ ਵੇਲੇ ਸਮੱਸਿਆ ਹੈ, ਤੁਸੀਂ ਫੀਲਡ 'ਚ ਜਾ ਕੇ ਆਏ ਹੋ, ਕੀ ਹੈ ਐਕਚੁਅਲ ਦੇ ਵਿੱਚ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ? ਗੁਲਾਬੀ ਸੁੰਡੀ ਨੇ ਆਪਣੇ ਆਪ ਨੂੰ ਟਰਾਂਸਫਾਰਮ ਕਰ ਲਿਆ ਔਰ ਬੀਟੀ ਪ੍ਰਤੀ ਉਹ ਆਪਦੀ ਸਹਿਣਸ਼ੀਲਤਾ ਪੈਦਾ ਕਰ ਲਈ, ਜਿਹਦੇ ਕਰਕੇ ਪਹਿਲਾਂ ਗੁਜਰਾਤ ਅਤੇ ਉੱਧਰ ਦੂਜੀਆਂ ਸਟੇਟਾਂ ਦੇ ਵਿੱਚ ਕਾਫੀ ਹਮਲਾ ਰਿਹਾ, ਪਰ ਪੰਜਾਬ 'ਚ ਪਿਛਲੇ ਸਾਲ ਬੜਾ ਇਹਨੇ ਨੁਕਸਾਨ ਕੀਤਾ ਇੱਕਦਮ ਅਚਾਨਕ। ਦੂਜਾ, ਮੌਸਮ ਬੜਾ ਫੇਵਰੇਬਲ ਸੀ ਗੁਲਾਬੀ ਸੁੰਡੀ ਲਈ, ਪਿਛਲੇ ਸਾਲ ਰੁਕ ਰੁਕ ਕੇ ਬਾਰਿਸ਼ਾਂ ਆਉਂਦੀਆਂ ਰਹੀਆਂ ਅਤੇ ਕਿਸਾਨ ਪ੍ਰੋਪਰ ਸਪਰੇਅ ਵੀ ਨਹੀਂ ਕਰ ਸਕੇ। ਸੋ ਇਸ ਕਰਕੇ ਇਹ ਮੌਸਮ ਜਿਹੜਾ ਇਹ ਵੱਡਾ ਹੀ ਡਿਪੈਂਡ ਕਰਦਾ, ਖਾਸ ਕਰਕੇ ਕਾਟਨ ਵਰਗੀ ਕਰੋਪ। ਇਸ ਵਾਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਿੰਨੀ ਖਤਰਨਾਕ ਹੈ? ਸਿਚੁਏਸ਼ਨ ਪਿਛਲੇ ਸਾਲ ਦੇ ਮੁਕਾਬਲੇ ਹਾਲ ਦੀ ਘੜੀ ਜਿਹੜਾ ਮੌਸਮ ਚੱਲ ਰਿਹਾ ਉਹ ਗੁਲਾਬੀ ਸੁੰਡੀ ਲਈ ਫੇਵਰੇਬਲ ਨਹੀਂ ਚੱਲ ਰਿਹਾ। ਅਤੇ ਇਸ ਵਾਰੀ ਕਿਸ ਚੀਜ਼ ਦਾ ਖਤਰਾ ਹੈ? ਇਸ ਵਾਰੀ ਸਾਡਾ ਜਿਹੜਾ ਹੁਣ ਖਤਰਾ ਬਣਿਆ ਹੋਇਆ, ਤੁਹਾਨੂੰ ਪਤਾ ਹੈ ਵੀ ਅਸੀਂ ਹੁਣ ਜਿਹੜੇ ਲਗਭਗ ਸਾਡਾ ਸਰਵੇਲੈਂਸ 1 ਜੂਨ ਤੋਂ ਸ਼ੁਰੂ ਹੋਇਆ, ਤਾਂ ਉਹਦੇ 'ਚ ਹੁਣ ਵਾਈਟ ਫਲਾਈ ਦਾ ਜਿਹੜਾ ਚਿੱਟੇ ਮੱਛਰ ਦਾ ਹਮਲਾ ਵੱਧ ਰਿਹਾ, ਅਤੇ ਚਿੱਟੇ ਮੱਛਰ ਦੇ ਹਮਲੇ ਲਈ ਸਾਡੇ ਕੋਲ ਪੈਸਟੀਸਾਈਡਸ ਅਲੱਗ ਅਲੱਗ ਹੈ। ਤੁਹਾਨੂੰ ਆਪਣੇ ਖੇਤ ਤੋਂ ਖੇਤ ਵੱਖਰੀ ਸਿਚੁਏਸ਼ਨ ਹੈ, ਵੱਖਰੀ ਸਪਰੇਅ ਕਰਨ ਦੀ ਲੋੜ ਪੈਣੀ। ਹਰ ਇੱਕ ਕਿਸਾਨ ਨੂੰ ਚਾਹੀਦਾ ਕਿ ਆਪਣੇ ਖੇਤ ਦਾ ਸਰਵੇਖਣ ਕਰੇ ਅਤੇ ਮਾਹਰਾਂ ਦੀ ਜਿਹੜੀ ਸਿਫਾਰਿਸ਼ ਅਨੁਸਾਰ ਸਪਰੇਅ। ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਚਿੱਟੀ ਸੁੰਡੀ ਦੀ ਔਰ ਇਹ ਕਾਫੀ ਜ਼ਿਆਦਾ ਅਸਰ ਕਰ ਰਹੀ ਹੈ, ਕਿੰਨੇ ਜ਼ਿਲ੍ਹੇ ਇਹਦੇ ਪ੍ਰਭਾਵ ਥੱਲੇ ਹੈਗੇ ਨੇ ਅਤੇ ਕਿੰਨਾ ਟਾਈਮ ਤੁਸੀਂ ਹੋਰ ਇੰਤਜ਼ਾਰ ਕਰੋਗੇ ਇਸ ਚੀਜ਼ ਨੂੰ ਕਿ ਇਹਨੂੰ ਕੰਟਰੋਲ ਕਰ ਲਿਆ ਜਾਂ ਇਹ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ? ਨਹੀਂ ਜੀ, ਆਊਟ ਆਫ ਕੰਟਰੋਲ ਨਹੀਂ ਹੋਇਆ ਜੀ, ਕਿਉਂਕਿ ਅਜੇ ਸਾਡੀ ਜਿਹੜੀ ਨਰਮੇ ਦੀ ਫਸਲ ਹੈ, ਮੇਨ ਸਮੱਸਿਆ ਬਾਰਿਸ਼ ਨਾ ਹੋਣਾ ਅਤੇ ਪਾਣੀ ਦੀ ਜਿਹੜੀ ਸ਼ੋਰਟੇਜ ਹੈ ਪਿੰਡਾਂ ਦੇ ਵਿੱਚ, ਨਰਮੇ ਦੇ ਏਰੀਏ ਦੇ ਵਿੱਚ ਪਾਣੀ ਦੀ ਵੀ ਕਿੱਲਤ ਹੋਣ ਕਰਕੇ ਜਿਹੜਾ ਇਹਦਾ ਅਟੈਕ ਜਿਹੜਾ ਵਾਈਟ ਫਲਾਈ ਦਾ ਮੌਸਮ ਕਰਕੇ ਵੱਧ ਰਿਹਾ। 751 ਖੇਤਾਂ ਦੇ ਵਿੱਚ ਅਸੀਂ ਸਰਵੇ ਰਿਪੋਰਟ ਆਈ ਸਾਡੇ ਕੋਲ, 751 ਜੋ ਗੁਲਾਬੀ ਸੁੰਡੀ ਦਾ ਜਿਹੜਾ ਸਾਨੂੰ ਉਹਨਾਂ ਨੇ ਰਿਪੋਰਟ ਦਿੱਤੀ, ਸਿਰਫ 14 ਸਪੋਟ ਮਿਲੇ ਔਰ ਉਹ ਵੀ ਬੜੇ ਮਾਈਨਰ ਜੇ, ਉਹਨਾਂ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਕਿਤੇ ਵੀ ਖਤਰੇ ਤੋਂ ਬਾਹਰ ਨਹੀਂ ਸਾਨੂੰ ਨਜ਼ਰ ਆਇਆ। ਲੇਕਿਨ ਜਿਹੜੀ ਚਿੱਟੇ ਮੱਛਰ ਦੀ ਸਿਚੁਏਸ਼ਨ ਸੀਗੀ, ਉਹ ਸਾਡਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਨੁਕਸਾਨ ਦੀ ਹੱਦ ਤੋਂ ਵੱਧ ਵਾਲੇ 370 ਪੁਆਇੰਟ ਸਾਨੂੰ ਮਿਲੇ ਔਰ ਉਹਨਾਂ 'ਤੇ ਅਸੀਂ ਸਪਰੇਅ ਰਿਕਮੈਂਡ ਕਰਤੀ ਹੈ ਹਜੇ, ਕਿਉਂਕਿ ਨੁਕਸਾਨ ਨਹੀਂ ਹੋਇਆ। ਨੁਕਸਾਨ ਅਸੀਂ ਉਦੋਂ ਕਰਾਂਗੇ, ਕਹਾਂਗੇ ਜਦੋਂ ਸਾਡਾ ਨਰਮੇ ਦਾ ਬੂਟਾ ਬਿਲਕੁਲ ਸੁੱਕ ਜਾਂਦਾ। ਹਲਦੀ ਘੜੀ ਸ਼ੁਰੂਆਤ ਹੈ ਅਤੇ ਸ਼ੁਰੂਆਤ 'ਚ ਅਸੀਂ ਜਿਵੇਂ ਇੱਕ ਦੀ ਸਪਰੇਅ ਸਾਡੀ ਵੱਧ ਹੋ ਸਕਦੀ ਹੈ, ਇਸ ਤੋਂ ਵੱਧ ਕੁਛ ਨਹੀਂ। ਅਗਰ ਨਾਲ ਦੀ ਨਾਲ ਬਾਰਿਸ਼ ਪੈ ਜਾਂਦੀ ਹੈ ਤਾਂ ਮੈਨੂੰ ਲੱਗਦਾ ਹਮਲਾ ਅਸੀਂ ਬੜੇ ਸੌਖੇ ਕੰਟਰੋਲ ਕਰ ਲਾਂਗੇ। ਪਰ ਜਿਵੇਂ ਤੁਸੀਂ ਕਿਹਾ ਕਿ ਬਾਰਿਸ਼ ਪੈ ਸਕਦੀ ਹੈ, ਬਾਰਿਸ਼ ਨਾਲ ਕੰਟਰੋਲ ਹੋ ਜਾਏਗਾ, ਪਰ ਜਿਵੇਂ ਤੁਸੀਂ ਕਿ ਬਹੁਤ ਜ਼ਿਆਦਾ ਐਕਸਟ੍ਰੀਮ ਜਿਹੜਾ ਹੈਗਾ ਉਹ ਹੌਟ ਵੈਦਰ ਦੇ ਕਰਕੇ ਇਹ ਵੱਧ ਰਿਹਾ ਜਿਹੜੀ ਚਿੱਟੀ ਸੁੰਡੀ ਹੈ, ਸੋ ਇਹ ਦੋਨੋਂ ਜਿਹੜੀ ਚੀਜ਼ਾਂ ਹੈਗੀਆਂ ਇੱਕ ਪਾਸੇ ਇਹ ਹੈ, ਦੂਜੇ ਪਾਸੇ ਕਿਸਾਨ ਜਿਹੜਾ ਹੈਗੇ, ਬਹੁਤ ਸਾਰੀ ਰਿਪੋਰਟਾਂ ਇਹ ਵੀ ਹੈਗੀ ਨੇ ਕਿ ਕਿਸਾਨ ਖੇਤ ਨੂੰ ਵਾਹੁਣਾ ਸ਼ੁਰੂ ਕਰ ਗਏ ਕਿਉਂਕਿ ਉਹਨੂੰ ਲੱਗਦਾ ਕਿ ਝੋਨੇ ਦਾ ਸੀਜ਼ਨ ਵੀ ਕਿਤੇ ਲੰਘ ਨਾ ਜਾਵੇ। ਗੱਲ ਪਤਾ ਕੀ ਹੈ ਜੀ, ਕਿਸਾਨ ਵੀਰ ਅਜੇ ਤੱਕ ਸਾਡੇ ਕੋਲ ਜਿਹੜੀ ਵੈਸੇ ਤਾਂ ਰਿਪੋਰਟ ਲੋਕ ਜਾ ਦੱਸ ਰਹੇ ਜੀ ਅਸੀਂ 1 ਏਕੜ ਵਾ ਤਾਂ 1 ਏਕੜ, ਉਹਨਾਂ ਵਾਹਿਆ ਨਹੀਂ ਗਿਆ। ਵਾਹਿਆ ਜਿਵੇਂ 15 ਏਕੜ ਦੀ ਸਾਡੇ ਕੋਲ ਰਿਪੋਰਟ ਆਈ ਹੈ ਵੀ ਬਠਿੰਡੇ 'ਚ ਵਾ, ਤਾਂ 4-5 ਏਕੜ ਦੀ ਰਿਪੋਰਟ ਆਈ ਹੈ ਮਾਨਸੇ 'ਚ ਵਾ, ਤਾਂ ਇਹ ਹੋਰ ਕੋਈ 5-7 ਏਕੜ ਵਾ ਤਾਂ ਹੋਣਾ, ਪਰ ਬਹੁਤ ਘੱਟ ਵਾਇਆ ਗਿਆ। ਨਰਮੇ ਦੀ ਫਸਲ ਲੋਕਾਂ ਨੇ ਹੁਣ ਕਰ ਲੈਣੀ ਜਿੱਥੇ ਹੁਣ ਪਾਣੀ ਨਹਿਰਾਂ ਦੇ ਵਿੱਚ ਚੱਲ ਰਿਹਾ,
ਉੱਥੇ ਵੀ ਲੋਕਾਂ ਨੇ ਵਾਈਟ ਫਲਾਈ ਕੰਟਰੋਲ ਕਰ ਲਈ ਹੈ। ਅਸੀਂ ਕੁਛ ਖੇਤਾਂ 'ਚ ਗਏ ਹਾਂ ਜਿੱਥੇ ਬਹੁਤ ਸੋਹਣਾ ਕੰਟਰੋਲ ਸਾਨੂੰ ਮਿਲਿਆ, ਅਤੇ ਕੁਛ ਖੇਤਾਂ 'ਚ ਇਹੋ ਜਿਹਾ ਸੀ ਜਿੱਥੇ ਕੰਟਰੋਲ ਸਿਰਫ ਇਸ ਕਰਕੇ ਨਹੀਂ ਸੀਗਾ ਕਿ ਉਹਨਾਂ ਨੇ ਸਪਰੇਅ ਪ੍ਰੋਪਰ ਨਹੀਂ ਸੀ ਕੀਤਾ। ਸਰ ਦੂਜੀ ਸਾਲ ਲਗਾਤਾਰ ਇਹ, ਪਿਛਲੀ ਵਾਰ ਜਿਵੇਂ ਤੁਸੀਂ ਦੱਸਿਆ ਗੁਲਾਬੀ ਸੁੰਡੀ ਸੀ, ਇਸ ਵਾਰੀ ਚਿੱਟੀ ਸੁੰਡੀ ਦਾ ਜ਼ਿਆਦਾ ਖਤਰਾ ਹੈਗਾ, ਇਹ ਦੋ ਸੀਜ਼ਨ ਤੋਂ ਲਗਾਤਾਰ ਹੈ, ਔਰ ਜ਼ਾਹਿਰ ਹੀ ਗੱਲ ਹੈ ਕਿ ਬਹੁਤ ਸਾਰੇ ਕਿਸਾਨ ਮਾਰਜਨ ਕੋਈ ਮਾਲਵੇ ਦੇ ਵਿੱਚ ਜ਼ਿਆਦਾ ਲੈਂਡ ਹੋਲਡਿੰਗ ਨਹੀਂ ਹੈਗੀ, ਤਾਂ ਜਿਹੇ ਦੇ ਵਿੱਚ ਜਿਹੜੀ ਦੋ ਸੀਜ਼ਨ ਨਾਲ ਫਸਲ ਖਰਾਬ ਹੋਣਾ ਜਾਂ ਖਰਾਬ ਹੋਣ ਦਾ ਖਰਚਾ ਬਣ ਜਾਣਾ ਕਿਸਾਨ ਦੀ ਹਾਲਤ, ਸਾਨੂੰ ਅਜੇ ਘਬਰਾਉਣ ਦੀ ਲੋੜ ਨਹੀਂ ਗੀ, ਅਸੀਂ ਅਜੇ ਬਿਲਕੁਲ ਨਾ ਘਬਰਾਈਏ। ਸਾਡੇ ਕੋਲ ਬੜਾ ਅਜੇ 15-20 ਦਿਨ ਦਾ ਇਹੋ ਜਿਹਾ ਵਡਮੁੱਲਾ ਸਮਾਂ ਪਿਆ, ਅਸੀਂ ਨਰਮੇ ਦੀ ਫਸਲ ਬਚਾ ਲਾਂਗੇ। ਇਹੋ ਜਿਹੀ ਕੋਈ ਮਤਲਬ ਸਾਨੂੰ ਜੇ ਦਿਲ ਛੱਡ ਜਾਈਏ ਤਾਂ ਫਿਰ ਤਾਂ ਗੱਲ ਕੋਈ ਨਹੀਂ, ਫਿਰ ਤਾਂ ਚਾਹੇ ਬੰਦਾ ਠੀਕ ਵੀ ਹੋਵੇ ਤਾਂ ਵੀ ਬਿਮਾਰ ਹੋਣ ਵਾਲੇ ਲੱਗਦਾ। ਦਿਲ ਨਹੀਂ ਛੱਡਣਾ, ਸਾਨੂੰ ਹੌਸਲਾ ਬਣਾ ਕੇ ਰੱਖਣਾ, ਸੰਜਮ ਨਾਲ ਸਪਰੇ ਕਰਨੀ ਹੈ, ਬੇਲੋੜੀਆਂ ਸਪਰੇਆਂ ਅਨਰਿਕਮੈਂਡਡ ਸਪਰੇਆਂ ਨਹੀਂ ਕਰਨੀਆਂ। ਜਿਹੜੇ ਨਕਲੀ ਬੀਜ ਅਤੇ ਨਕਲੀ ਦਵਾਈਆਂ ਨੇ ਉਹ ਕਿੰਨਾ ਵੱਡਾ ਕਾਰਨ ਹੈ ਇਸ ਸਮੱਸਿਆ ਦੇ ਵਿੱਚ, ਜਾਂ ਉਹ ਸਮੱਸਿਆ 'ਚ ਹੈ ਵੀ ਹੈ ਜਾਂ ਨਹੀਂ ਹੈ? ਬਿਲਕੁਲ, ਮੈਂ ਜਿੱਥੋਂ ਤੱਕ ਨਕਲੀ ਦਵਾਈਆਂ ਦੀ ਗੱਲ ਕਰੀਏ, ਜੇ ਆਪਾਂ ਕਹੀਏ ਵੀ ਸਾਰਾ ਕੁਛ ਨਕਲੀ ਹੈ, ਇਹ ਠੀਕ ਨਹੀਂ ਗੱਲ, ਵਿੱਚੋਂ ਕੁਛ ਅਨਸਰ ਆ ਜਾਂਦੇ ਨੇ, ਸਾਰੇ ਸਿਸਟਮਾਂ ਦੇ ਵਿੱਚ ਹੀ ਇਹੋ ਜਿਹੇ ਅਨਸਰ ਹੁੰਦੇ ਨੇ, ਪਰ ਅਸੀਂ ਪੂਰੀ ਨਜ਼ਰ ਰੱਖੀ ਹੋਈ ਹੈ। ਔਰ ਤੁਹਾਡੇ ਸਾਹਮਣੇ ਸਾਡੀਆਂ ਜਿਹੜੀਆਂ ਟੀਮਾਂ ਨੇ, ਪਿਛਲੇ ਦਿਨ ਅਸੀਂ ਮਹੀਨਾ ਕੁ ਪਹਿਲਾਂ ਲੰਗਿਆਣਾ ਪਿੰਡ ਮੋਗੇ ਦੇ ਵਿੱਚ ਰੇਡ ਕੀਤੀ, ਅਤੇ ਉੱਥੇ ਅਸੀਂ ਬੰਦਾ ਅਣਅਧਿਕਾਰਤ ਤੌਰ 'ਤੇ ਵੇਚ ਰਹੇ ਸੀ, ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚ ਰਹੇ ਸੀ, ਉਹ ਅਸੀਂ ਸਾਰਾ ਮਾਲ ਸੀਜ਼ ਕੀਤਾ ਅਤੇ ਉਹਦਾ ਅਸੀਂ ਪਰਚਾ ਦਰਜ ਕਰਾ ਕੇ ਉਹ ਬੰਦੇ ਨੂੰ ਅੰਦਰ ਕਰਾਇਆ। ਉਸ ਤੋਂ ਬਾਅਦ ਹੁਣ ਬਠਿੰਡੇ ਦੇ ਵਿੱਚ ਸਾਡੀ ਰੇਡ ਹੋਈ ਹੈ। ਇਸ ਤੋਂ ਇਲਾਵਾ ਅਸੀਂ ਲਗਾਤਾਰ ਜਿਹੜੀ ਸੈਂਪਲਿੰਗ ਹੈ ਕੰਪਨੀਆਂ ਦੀ ਕਰ ਰਹੇ ਹਾਂ, ਤਾਂ ਜੋ ਮਾੜਾ ਮਾਲ ਪੰਜਾਬ ਵਿੱਚ ਨਾ ਆਵੇ। ਇੱਕ ਇਹ ਵੀ ਕਿਹਾ ਜਾਂਦਾ ਕਿ ਜੋ ਗੁਜਰਾਤ ਤੋਂ ਕੁਛ ਕਿਸਾਨ ਗੁਜਰਾਤ ਤੋਂ ਬੀਜ ਲੈ, ਅਸੀਂ ਇਨਵੈਸਟੀਗੇਸ਼ਨ ਇਹਦੀ ਇਹ ਸੱਚ ਨਹੀਂ ਕਰਾ ਰਹੇ, ਅਸੀਂ ਸਰਵੇ ਕਰਨ ਲਈ ਕਹਿ ਤਾ ਸਾਡੇ ਸਟਾਫ ਨੂੰ, ਸਾਡਾ ਸਟਾਫ ਸਰਵੇ ਕਰ ਰਿਹਾ, ਔਰ ਜਿਹੜੇ ਕਿਸਾਨ ਲੈ ਕੇ ਆ ਰਹੇ ਨੇ ਜਾਂ ਜਿਨ੍ਹਾਂ ਨੂੰ ਕੋਈ ਇੱਥੇ ਆ ਕੇ ਦੇ ਗਿਆ, ਉਹਦੇ ਬਾਰੇ ਅਸੀਂ ਅਗਰ ਕੋਈ ਲੋਕਲ ਉਹਦੇ ਵਿੱਚ ਡੀਲਰ ਸ਼ਾਮਿਲ ਹੋਇਆ ਜਿਹੜਾ ਸਾਡਾ ਕਾਨੂੰਨ ਤਹਿਤ ਅਸੀਂ ਕਾਰਵਾਈ ਕਰ ਸਕਦੇ ਹੋਏ ਕਰਾਂਗੇ, ਪਰ ਬਹੁਤੀ ਵਾਰ ਜਿਹੜਾ ਕਿਸਾਨ ਹੈ ਖੁਦ ਉੱਥੋਂ ਬੀਜ ਲੈ ਕੇ ਆਇਆ, ਨਾ ਉਹਦੇ ਕੋਲ ਬਿੱਲ ਹੈ ਨਾ ਉਹਦੇ ਕੋਲ ਕੋਈ ਪਰੂਫ ਹੈ, ਤਾਂ ਉਹਦੇ ਵਿੱਚ ਸਾਡੇ ਲਈ ਮਜਬੂਰੀ ਹੋ ਜਾਂਦੀ ਕਿ ਅਸੀਂ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੁੰਦੇ।